ਸਤਿ ਸ਼੍ਰੀ ਅਕਾਲ, ਮੈਂ ਡਾਕਟਰ ਸ਼ਿਤਿਸ਼ ਧੂੜੀਆ, ਨਵਜੀਵਨ ਹੋਸਪਿਟਲ ਐਂਡ ਡਾਕਟਰ ਧੂੜੀਆਜ਼ ਡਾਇਗਨੋਸਟਿਕ ਸੈਂਟਰ ਫਾਜ਼ਿਲਕਾ ਵੱਲੋਂ ਆਪਣੇ ਇਲਾਕਾ ਵਾਸੀਆਂ ਨੂੰ ਦੀਪਾਵਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਦੀਪਾਵਲੀ ਜੋ ਕਿ ਲਾਈਟਸ ਅਤੇ ਜੋਏ ਦਾ ਫੈਸਟੀਵਲ ਹੈ, ਉਹਨੂੰ ਆਪਾਂ ਨੂੰ ਉਹਦੇ ਮੂਲ ਰੂਪ ਵਿੱਚ ਮਨਾਉਣਾ ਚਾਹੀਦਾ ਹੈ। ਇਹਦਾ ਮਤਲਬ ਹੈ ਐਤਕੀ ਆਪਾਂ ਪ੍ਰਣ ਲਈਏ ਦੀਪਾਵਲੀ ਨੂੰ ਅਸੀਂ ਗ੍ਰੀਨ ਦੀਵਾਲੀ ਦੇ ਹਿਸਾਬ ਨਾਲ ਮਨਾਈਏ। ਗ੍ਰੀਨ ਦੀਪਾਵਲੀ ਵਿੱਚ ਸਾਨੂੰ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੈ, ਇੱਕ ਪਟਾਕੇ ਜਾਂ ਕ੍ਰੈਕਰਸ ਘੱਟ ਤੋਂ ਘੱਟ ਚਲਾਈਏ, ਜਿਸ ਨਾਲ ਵਾਤਾਵਰਨ ਦੂਸ਼ਿਤ ਹੋਣ ਤੋਂ ਬਚੂਗਾ। ਦੂਸਰਾ, ਪਟਾਕਿਆਂ ਨਾਲ ਜਿਹੜਾ ਐਕਸੀਡੈਂਟ ਹੁੰਦੇ ਨੇ, ਜਿਹੜੀ ਸੱਟ ਲੱਗ ਜਾਂਦੀ ਹੈ, ਉਹ ਚੀਜ਼ਾਂ ਤੋਂ ਅਸੀਂ ਬਚਾਂਗੇ ਅਤੇ ਇਸ ਚੀਜ਼ਾਂ ਨਾਲ ਸਾਡੇ ਪਰਿਵਾਰ ਵਿੱਚ ਖੁਸ਼ਹਾਲੀ ਰਹੂਗੀ। ਦੂਸਰਾ ਪੁਆਇੰਟ ਗ੍ਰੀਨ ਦੀਵਾਲੀ ਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ, ਵੱਧ ਤੋਂ ਵੱਧ ਪੇੜ ਲਗਾਈਏ। ਆਪਣੇ ਪੇੜ ਲਗਾਉਣ ਨਾਲ ਆਪਣੇ ਵਾਤਾਵਰਨ ਨੂੰ ਅਸੀਂ ਸ਼ੁੱਧ ਰੱਖ ਸਕਾਂਗੇ, ਵੱਧ ਤੋਂ ਵੱਧ ਆਕਸੀਜਨ ਮਿਲੂਗੀ ਅਤੇ ਜਿਹੜੀ ਸਮੱਸਿਆ ਆਪਣੇ ਇਲਾਕੇ ਵਿੱਚ ਫਾਜ਼ਿਲਕਾ ਜ਼ਿਲ੍ਹੇ ਵਿੱਚ ਵਾਟਰ ਲੈਵਲ ਘਟਣ ਦੀ ਹੈ, ਮਤਲਬ ਧਰਤੀ ਦੇ ਵਿੱਚ ਪਾਣੀ ਦਾ ਸਤਰ ਘਟਣ ਦੀ ਹੈ, ਉਹ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਅਤੇ ਆਪਣੇ ਇਲਾਕੇ ਦੇ ਲੋਕਾਂ ਵਿੱਚ ਖੁਸ਼ਹਾਲੀ ਫੈਲੂ। ਧੰਨਵਾਦ।